ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਤੇ ਆਪ ਤੋਂ ਚੋਣ ਮੈਦਾਨ 'ਚ ਉਤਾਰੀ ਗਈ ਬੀਬੀ ਬਲਜਿੰਦਰ ਕੌਰ ਨਾਲ ਸੀ ਬਾਦਲਾਂ ਦੇ ਗੜ੍ਹ 'ਚੋਂ ਹਰਸਿਮਰਤ ਨੂੰ ਟੱਕਰ ਦੇਣ ਲਈ ਕਾਂਗਰਸ ਨੇ ਰਾਜਾ ਬੜਿੰਗ ਉੱਤੇ ਭਰੋਸਾ ਜਿਤਾਇਆ ਸੀ ਵੋਟਾਂ ਦੀ ਗਿਣਤੀ ਦੌਰਾਨ ਪਹਿਲਾਂ ਰਾਜਾ ਬੜਿੰਗ ਲੀਡ ਉੱਤੇ ਸੀ ਪਰ ਬਾਅਦ ਵਿੱਚ ਹਰਸਿਮਰਤ ਬਾਦਲ ਨੇ ਵੱਡੀ ਲੀਡ ਲੈ ਕੇ ਬੜਿੰਗ ਨੂੰ ਝਟਕਾ ਦਿੰਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਬਠਿੰਡੇ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਵੱਡੀ ਲੀਡ ਲੈ ਕੇ ਜਿੱਤ ਹਾਸਲ ਕੀਤੀ ਹੈ ਬਹੁਤ ਜ਼ਿਆਦਾ ਖੁਸ਼ੀ ਦਾ ਦਿਨ ਹੈ ਜੀ ਇਹ ਕਰੇ ਹੋਏ ਕੰਮਾਂ ਨੂੰ ਵੋਟ ਪਾਈ ਹੈ ਲੋਕਾਂ ਨੇ ਗਲਤ ਜੋ ਪ੍ਰਚਾਰ ਕਰੇ ਸੀ ਉਹਨਾਂ ਦੇ ਨੱਕ 'ਤੇ ਚਪੇੜ ਹੈ ਅਤੇ ਕੰਮਾਂ ਦੀ ਵੋਟ ਹੈ ਇਹ ਔਰ ਸਭ ਅਖਲਾਕ ਤੋਂ ਉੱਪਰ ਜਿਹੜੇ ਬੰਦੇ ਉੱਠ ਕੇ ਗਲਤ ਕੰਮ ਕਰਦੇ ਸੀ ਉਹਨਾਂ ਦੇ ਮੂੰਹ 'ਤੇ ਚਪੇੜ ਹੈ ਭਾਵੇਂ ਜਾਖੜ ਲਾ ਲਓ ਕੋਈ ਲਾ ਲਓ ਜਿਨ੍ਹਾਂ ਨੇ ਕਿ ਮਾਹੌਲ ਖਰਾਬ ਕਰਨ ਦਾ ਹਰੇਕ ਤਰੀਕੇ ਦਾ ਕੰਮ ਲਾਇਆ ਪਰ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਨਾਲ ਹੋਵੇ ਔਰ ਕੰਮ ਕਰਨ ਦਾ ਜਿਨ੍ਹਾਂ ਨੂੰ ਤਰੀਕਾ ਹੋਵੇ ਸੋ ਇਨਸਾਫ ਮਿਲਿਆ ਔਰ ਦੋਵੇਂ ਬਹੁਤ ਵੱਡੀ ਜਿੱਤਣ ਵਾਲਾ ਸੀ ਜਿੱਤਿਆ ਔਰ ਹੁਣ ਸਰਕਾਰ ਬਣਨ ਲੱਗੀ ਹੈ ਕੱਲ੍ਹ ਨੂੰ ਉਹਦੇ 'ਚ ਵੀ ਬਹੁਤ ਵੱਡਾ ਯੋਗਦਾਨ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਦਾ ਬਠਿੰਡਾ ਤੋਂ ਪਰਵਿੰਦਰ ਸਿੰਘ ਦੀ ਰਿਪੋਰਟ D5 ਚੈਨਲ ਪੰਜਾਬੀ